ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ। ਮੈਂ ਹਾਂ ਤੁਹਾਡੇ ਨਾਲ ਅਮਨ ਲੂਣਾ। ਬੀਤੇ ਦਿਨ ਸੈਕਟਰ 43 ਬੱਸ ਸਟੈਂਡ 'ਚ ਬਣੇ ਲੇਡੀ ਵਾਸ਼ਰੂਮ 'ਚ ਇੱਕ 7 ਦਿਨ ਦਾ ਬੱਚਾ ਮਿਲਿਆ ਸੀ ਅਤੇ ਉਹ ਬੱਚੇ ਨੂੰ ਪੁਲਿਸ ਨੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ, ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ। ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ, ਬਦ ਇੰਤਜ਼ਾਮੀਆਂ, ਖੱਜਲ ਖੁਆਰੀਆਂ। ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ, ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ, ਤਾਏ, ਪਿਓ, ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ, ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ, ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ। ਕਬਜ਼ੇ 'ਚ ਲੈ ਕੇ ਸੈਕਟਰ 16 ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਾ ਦਿੱਤਾ ਸੀ, ਜਿੱਥੇ ਕਿ ਬੱਚੇ ਦਾ ਇਲਾਜ ਲਗਾਤਾਰ ਚੱਲ ਰਿਹਾ ਹੈ। ਤੁਹਾਨੂੰ ਦੱਸ ਦਈਏ, ਕੱਲ੍ਹ ਦੀ ਘਟਨਾ ਇਹ ਦੱਸੀ ਜਾ ਰਹੀ ਸੀਗੀ, ਇੱਕ ਲੜਕੀ ਅਤੇ ਇੱਕ ਲੜਕਾ ਬੱਸ ਸਟੈਂਡ ਵਿੱਚ ਆਉਂਦੇ ਹੈ ਅਤੇ ਲੜਕੀ ਸੈਕਟਰ 43 ਬੱਸ ਸਟੈਂਡ ਵਿੱਚ ਬਣੇ ਲੇਡੀ ਵਾਸ਼ਰੂਮ 'ਚ ਬੱਚੇ ਨੂੰ ਰੱਖ ਦਿੰਦੀ ਹੈ ਅਤੇ ਉੱਥੋਂ ਦੀ ਇਹ ਦੋਨੋਂ ਭੱਜ ਜਾਂਦੇ ਹੈ। ਇਹ ਸਵੀਪਰ ਨੇ, ਉੱਥੇ ਦੇ ਸਵੀਪਰ ਨੇ ਪੁਲਿਸ ਨੂੰ ਸੂਚਨਾ ਦਿੱਤੀ, ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਆਪਣੇ ਕਬਜ਼ੇ 'ਚ ਲਿਆ ਅਤੇ ਉਸ ਤੋਂ ਬਾਅਦ ਹੀ ਉਹਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਲੇਕਿਨ ਤੁਹਾਨੂੰ ਅੱਜ ਦੀ ਘਟਨਾ ਦੱਸਦੇ ਹਾਂ, ਅੱਜ ਇੱਕ ਨਵੀਂ ਜਾਣਕਾਰੀ ਸਾਨੂੰ ਮਿਲੀ ਹੈ। ਇਹ ਬੱਸ ਸਟੈਂਡ 'ਚ ਲੱਗੇ 2-3 CCTV ਕੈਮਰਿਆਂ ਵਿੱਚ ਸਾਫ਼ ਤੌਰ 'ਤੇ ਲੇਡੀ ਅਤੇ ਇੱਕ ਉਹਦੇ ਨਾਲ ਸ਼ਖਸ ਨਜ਼ਰ ਆ ਰਿਹਾ ਹੈ, ਜਿਨ੍ਹਾਂ ਨੇ ਆਪਣੇ ਹੱਥਾਂ 'ਚ ਬੈਗ ਫੜਿਆ ਹੋਇਆ ਹੈ। ਤੁਹਾਨੂੰ ਦੱਸ ਦਈਏ, ਲੜਕੀ ਦੇ ਹੱਥ ਵਿੱਚ ਬੱਚਾ ਵੀ ਨਜ਼ਰ ਆ ਰਿਹਾ ਹੈ। ਉਹ ਬੱਚਾ ਜਿਹੜਾ ਕਿ ਉਹਨਾਂ ਨੇ ਬੱਸ ਸਟੈਂਡ ਦੇ ਬਣੇ ਲੇਡੀ ਵਾਸ਼ਰੂਮ ਵਿੱਚ ਰੱਖ ਦਿੱਤਾ ਸੀ, ਉਹਦੇ ਕੋਲ ਬੱਚਾ ਵੀ ਨਜ਼ਰ ਉਹਦੇ ਹੱਥ 'ਚ ਫੜਨ ਨਜ਼ਰ ਆ ਰਿਹਾ, ਸਾਫ਼ ਤੌਰ 'ਤੇ ਨਜ਼ਰ ਆ ਰਿਹਾ। ਅਤੇ ਇਸ ਮਾਮਲੇ 'ਚ ਪੁਲਿਸ ਲਗਾਤਾਰ ਇਹਦੇ ਬੱਚੇ ਦੇ ਮਾਪਿਆਂ ਦੀ ਤਲਾਸ਼ ਕਰ ਰਹੀ ਹੈ, ਲੇਕਿਨ ਹਾਲੇ ਪੁਲਿਸ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹੈ। ਲੇਕਿਨ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਬੱਚੇ ਦੇ ਮਾਪਿਆਂ 'ਤੇ ਪਰਚਾ ਦਰਜ ਕੱਲ੍ਹ ਹੀ ਕਰ ਦਿੱਤਾ ਸੀਗਾ ਅਤੇ ਇਹਨਾਂ ਦੀ ਲਗਾਤਾਰ ਜਿਹੜੀ ਪੁਲਿਸ ਹੈ ਤਲਾਸ਼ ਕਰ ਰਹੀ ਹੈ। ਇਹਨੂੰ ਇਹ ਵੀ ਇੱਕ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਇਹ ਲੜਕੀ ਅਤੇ ਜਿਹੜਾ ਲੜਕਾ ਸੀ, ਇੱਕ ਬੱਸ ਸਟੈਂਡ 'ਤੇ ਜੰਮੂ ਦੀ ਬੱਸ ਵਿੱਚੋਂ ਉਤਰਦੇ ਅਤੇ ਚੜ੍ਹਦੇ ਹੋਏ ਸਾਫ਼ ਤੌਰ 'ਤੇ ਨਜ਼ਰ ਆਏ ਹੈ। ਅਤੇ ਇਹ ਪੁਲਿਸ ਦੀ ਪ੍ਰਾਥਮਿਕ ਜਾਂਚ ਇਹ ਵੀ ਕਰ ਰਹੀ ਹੈ ਪੁਲਿਸ ਕਿ ਵੀ ਇਹ ਹੋ ਸਕਦਾ ਵੀ ਇਹ ਜੰਮੂ ਦੇ ਹੀ ਨਾ ਹੋਣ। ਪੁਲਿਸ ਲਗਾਤਾਰ ਇਸ ਮਾਮਲੇ ਦੀ ਗਹਿਨਤਾ ਤੋਂ ਲੈ ਕੇ ਪੂਰੀ ਜਾਂਚ ਕਰ ਰਹੀ ਹੈ। ਚੰਡੀਗੜ੍ਹ ਤੋਂ ਅਮਨ ਲੂਣਾ ਦੀ ਰਿਪੋਰਟ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ। ਮੈਂ ਹਾਂ ਤੁਹਾਡੇ ਨਾਲ ਅਮਨ ਲੂਣਾ। ਬੀਤੇ ਦਿਨ ਸੈਕਟਰ 43 ਬੱਸ ਸਟੈਂਡ 'ਚ ਬਣੇ ਲੇਡੀ ਵਾਸ਼ਰੂਮ 'ਚ ਇੱਕ 7 ਦਿਨ ਦਾ ਬੱਚਾ ਮਿਲਿਆ ਸੀ ਅਤੇ ਉਹ ਬੱਚੇ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਕੇ ਸੈਕਟਰ 16 ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਾ ਦਿੱਤਾ ਸੀ, ਜਿੱਥੇ ਕਿ ਬੱਚੇ ਦਾ ਇਲਾਜ ਲਗਾਤਾਰ ਚੱਲ ਰਿਹਾ ਹੈ। ਤੁਹਾਨੂੰ ਦੱਸ ਦਈਏ, ਕੱਲ੍ਹ ਦੀ ਘਟਨਾ ਇਹ ਦੱਸੀ ਜਾ ਰਹੀ ਸੀਗੀ, ਇੱਕ ਲੜਕੀ ਅਤੇ ਇੱਕ ਲੜਕਾ ਬੱਸ ਸਟੈਂਡ ਵਿੱਚ ਆਉਂਦੇ ਹੈ ਅਤੇ ਲੜਕੀ ਸੈਕਟਰ 43 ਬੱਸ ਸਟੈਂਡ ਵਿੱਚ ਬਣੇ ਲੇਡੀ ਵਾਸ਼ਰੂਮ 'ਚ ਬੱਚੇ ਨੂੰ ਰੱਖ ਦਿੰਦੀ ਹੈ ਅਤੇ ਉੱਥੋਂ ਦੀ ਇਹ ਦੋਨੋਂ ਭੱਜ ਜਾਂਦੇ ਹੈ। ਇਹ ਸਵੀਪਰ ਨੇ, ਉੱਥੇ ਦੇ ਸਵੀਪਰ ਨੇ ਪੁਲਿਸ ਨੂੰ ਸੂਚਨਾ ਦਿੱਤੀ, ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਆਪਣੇ ਕਬਜ਼ੇ 'ਚ ਲਿਆ ਅਤੇ ਉਸ ਤੋਂ ਬਾਅਦ ਹੀ ਉਹਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਲੇਕਿਨ ਤੁਹਾਨੂੰ ਅੱਜ ਦੀ ਘਟਨਾ ਦੱਸਦੇ ਹਾਂ, ਅੱਜ ਇੱਕ ਨਵੀਂ ਜਾਣਕਾਰੀ ਸਾਨੂੰ ਮਿਲੀ ਹੈ। ਇਹ ਬੱਸ ਸਟੈਂਡ 'ਚ ਲੱਗੇ 2-3 CCTV ਕੈਮਰਿਆਂ ਵਿੱਚ ਸਾਫ਼ ਤੌਰ 'ਤੇ ਲੇਡੀ ਅਤੇ ਇੱਕ ਉਹਦੇ ਨਾਲ ਸ਼ਖਸ ਨਜ਼ਰ ਆ ਰਿਹਾ ਹੈ, ਜਿਨ੍ਹਾਂ ਨੇ ਆਪਣੇ ਹੱਥਾਂ 'ਚ ਬੈਗ ਫੜਿਆ ਹੋਇਆ ਹੈ। ਤੁਹਾਨੂੰ ਦੱਸ ਦਈਏ, ਲੜਕੀ ਦੇ ਹੱਥ ਵਿੱਚ ਬੱਚਾ ਵੀ ਨਜ਼ਰ ਆ ਰਿਹਾ ਹੈ।
ਉਹ ਬੱਚਾ ਜਿਹੜਾ ਕਿ ਉਹਨਾਂ ਨੇ ਬੱਸ ਸਟੈਂਡ ਦੇ ਬਣੇ ਲੇਡੀ ਵਾਸ਼ਰੂਮ ਵਿੱਚ ਰੱਖ ਦਿੱਤਾ ਸੀ, ਉਸ ਉਹਦੇ ਵਿੱਚ ਉਹਦੇ ਕੋਲ ਬੱਚਾ ਵੀ ਨਜ਼ਰ ਉਹਦੇ ਹੱਥ 'ਚ ਫੜਨ ਨਜ਼ਰ ਆ ਰਿਹਾ, ਸਾਫ਼ ਤੌਰ 'ਤੇ ਨਜ਼ਰ ਆ ਰਿਹਾ। ਅਤੇ ਇਸ ਮਾਮਲੇ 'ਚ ਪੁਲਿਸ ਲਗਾਤਾਰ ਇਹਦੇ ਬੱਚੇ ਦੇ ਮਾਪਿਆਂ ਦੀ ਤਲਾਸ਼ ਕਰ ਰਹੀ ਹੈ, ਲੇਕਿਨ ਹਾਲੇ ਪੁਲਿਸ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹੈ। ਲੇਕਿਨ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਬੱਚੇ ਦੇ ਮਾਪਿਆਂ 'ਤੇ ਪਰਚਾ ਦਰਜ ਕੱਲ੍ਹ ਹੀ ਕਰ ਦਿੱਤਾ ਸੀਗਾ, ਅਤੇ ਇਹਨਾਂ ਦੀ ਲਗਾਤਾਰ ਜਿਹੜੀ ਪੁਲਿਸ ਤਲਾਸ਼ ਕਰ ਰਹੀ ਹੈ। ਇਹਨੂੰ ਇਹ ਵੀ ਇੱਕ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਇਹ ਲੜਕੀ ਅਤੇ ਜਿਹੜਾ ਲੜਕਾ ਸੀ, ਇੱਕ ਬੱਸ ਸਟੈਂਡ 'ਤੇ ਜੰਮੂ ਦੀ ਬੱਸ ਵਿੱਚੋਂ ਉਤਰਦੇ ਅਤੇ ਚੜ੍ਹਦੇ ਹੋਏ ਸਾਫ਼ ਤੌਰ 'ਤੇ ਨਜ਼ਰ ਆਏ ਹੈ। ਅਤੇ ਇਹ ਪੁਲਿਸ ਦੀ ਪ੍ਰਾਥਮਿਕ ਜਾਂਚ ਇਹ ਵੀ ਕਰ ਰਹੀ ਹੈ ਪੁਲਿਸ ਕਿ ਵੀ ਇਹ ਹੋ ਸਕਦਾ ਵੀ ਇਹ ਜੰਮੂ ਦੇ ਹੀ ਨਾ ਹੋਣ। ਪੁਲਿਸ ਲਗਾਤਾਰ ਇਸ ਮਾਮਲੇ ਦੀ ਗਹਿਨਤਾ ਤੋਂ ਲੈ ਕੇ ਪੂਰੀ ਜਾਂਚ ਕਰ ਰਹੀ ਹੈ। ਚੰਡੀਗੜ੍ਹ ਤੋਂ ਅਮਨ ਲੂਣਾ ਦੀ ਰਿਪੋਰਟ।